ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੇ ਪੰਜਾਬ ਮਿਊਂਸੀਪਲ ਚੋਣਾਂ ਵਿੱਚ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਫਿਲਹਾਲ ਜਿੱਤ ਦਰਜ ਕਰ ਰਹੇ ਨੇ। ਬੇਸ਼ੱਕ ਬਹੁਤੀਆਂ ਥਾਵਾਂ ਤੇ ਕਾਂਗਰਸ ਜੇਤੂ ਉੱਭਰ ਕੇ ਸਾਹਮਣੇ ਨਿਕਲ ਰਹੀ ਹੈ, ਪਰ ਜਿੱਥੇ ਅਕਾਲੀ ਦਲ ਦਾ ਆਧਾਰ ਮਜ਼ਬੂਤ ਹੈ ਉੱਥੇ ਅਕਾਲੀ ਦਲ ਬਾਜ਼ੀ ਮਾਰ ਰਿਹਾ। ਮਜੀਠਾ ਦੇ ਵਿੱਚ 13 ਸੀਟਾਂ ਚੋਂ 10 ਸੀਟਾਂ ਦੇ ਉੱਪਰ ਅਕਾਲੀ ਦਲ ਨੇ ਰਾਜ ਕਰ ਲਿੱਤਾ ਤੇ 2 ਸੀਟਾਂ ਕਾਂਗਰਸ ਨੂੰ ਮਿਲੀਆਂ ਨੇ ਤੇ 1 ਆਜ਼ਾਦ ਉਮੀਦਵਾਰ ਇੱਥੇ ਜੇਤੂ ਰਿਹਾ। ਸੋ ਇੱਕ ਵੱਡੀ ਖਬਰ ਇਸ ਵਕਤ ਦੀ ਇਹ ਨਿਕਲ ਕੇ ਆ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਜਿੱਥੇ ਆਪਣਾ ਖੋਇਆ ਆਧਾਰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਜੁਟਿਆ ਹੈ, ਉੱਥੇ ਹੀ ਅੰਮ੍ਰਿਤਸਰ ਦੇ ਮਜੀਠਾ ਦੀ ਗੱਲ ਕੀਤੀ ਜਾਵੇ ਤਾਂ ਮਜੀਠਾ ਤੋਂ ਅਕਾਲੀ ਦਲ ਨੇ ਬਾਜ਼ੀ ਮਾਰ ਲਿੱਤੀ ਹੈ ਤੇ ਕਾਂਗਰਸ ਦੇ ਹਿੱਸੇ 2 ਸੀਟਾਂ ਆਈਆਂ ਨੇ ਤੇ 1 ਸੀਟ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਆਈ ਹੈ। ਇਸੇ ਤਰ੍ਹਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚੋਂ ਜਿੱਥੇ ਕਾਂਗਰਸ ਪਾਰਟੀ ਨੇ ਕਈ ਇਲਾਕਿਆਂ ਵਿੱਚ ਵੱਡੀ ਲੀਡ ਲਿੱਤੀ ਹੈ, ਪਰ ਉੱਥੇ ਹੀ ਮਜੀਠਾ ਵਿੱਚ ਅਕਾਲੀ ਦਲ ਨੇ ਇੱਕ ਵੱਡੀ ਉਪਲਬਧੀ ਦਰਜ ਕੀਤੀ ਹੈ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ, ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ।